الحمد لله وكفى والسلام على عباده الذين اصطفى أما بعد فأعوذ بالله السميع العليم من الشيطان الرجيم بسم الله الرحمن الرحيم लमिया जिधर का ये मन दिल कर सोनिया हर वेले तेनू सामने बैठा के मैं तकदा रवा दिल कर सोनिया हर रबी का माना पहाड़ हुंदा अव्वल का माना पहली पहाड़ कई बाहर ना घुमाए आप तकरीर सुने मेरे जान छोड़ तकरीर सुन रबी का माना पहाड़ हुंदा अव्वल का माना पहली पहाड़ है मेरे नबी नूं अल्लाह ने रबी अव्वल के पाक महीने च पैदा करके दुनिया नूं दस्सिया है कि मेरे यार तो पहले इस जग च खजा ही खजा सी सोहना आया तो पहाड़ आई है यानी लोग दीन तो दूर सी हक तो दूर सी तौहीद तो दूर सी शिरक की गराज सी रस्म और रिवाज की गराज सी जुल्म की गराज सी मेरा नबी आया सारी दुनिया नु हकूक देन वास्ते आया माड़े नु तगड़े नु गरीब नु अमीर नु सोने नु कोजे नु मां नु पुत्र नु जवाई नु कुड़मा नु सस नु दराणी नु जठाणी नु नौवां नु कुड़मा नु साढ़ुआ नु दुनिया च उस्ताद नु शिगिर्द नु मालक नु नौकर नु मजारे नु हिस्सेदार नु शरीयत ने मैं चैलेंज करना है एक दुनिया का मसला लियाओ जिहड़ा मोहम्मद मुस्तफा ने हल नहीं किया ऐनी दुनिया फिर के फिर बात नहीं करनी है गुरु अपने साजिद भाई की दावत सारे दोस्त अहबाब जमान जे फिर तो नवा दुआए जे गली से बैठे जे छत्तां से बैठे ने सब नु सलूट करना है कि तुसी अल्लाह दे घर विच बैठे जे और जुड़ जुड़ के बैठे जे जिन्ने गली च बैठे जे अल्लाह सब दाना कबूल फरमाए अर्ज करना चाह रहा मुसलमानों इमाम नबी आदा कलवा बनने वालों मेरे बदरी कड़ी माता दा कलवा बन के अल्लाह जानदा मैं वेंदा रोज मेरा भी सौंडर नु एक सौंड दी हुंदी है ते एक अपना मोबाइल चलाउंदे ने कि डालर कमावांगे एक पासियों खाप मार लो या सौंडर लो मरो या चैनल लो मरो हुण ना कुछ चलाया है जिने का जब गीटा खड़ा कीता सी ने दे हुण सीधे तरह गल सुनी बोलदा मैं सौंडर ते आउ ही नहीं लगदा है ते मैनू की पता मोबाइल ते लगा है हुण इन चला ना खोल आवाज जदों इमाम नबी आदा कलमा पढ़ने वालों बड़ी कार्य टक्कर वधा दी बेस काम कर हदों सरकार बेटा पैर जेब च पा ते गुफ्तगू सुन जरा ध्यान नाल मैं इस मामले च बड़ा सख्त है मैं शैतान दे खिलाफ बोलना और गल हुंदी है मैं सीधियां नु ओदे भी अपना प्यादा ज्यादा खिलाफ बोलदा हूं क्योंकि इन्होंने गल दी लल बना के पूरे मुल्क च चलाउणी हुंदी है
ਮੌਲਵੀ ਗੱਲ ਕੋਈ ਕੀਤੀ ਹੁੰਦੀ ਉਹਦੇ ਥੰਮ ਨਾਲ ਕੋਈ ਲਾਉਂਦੇ ਨੇ ਸਿਰਫ ਇਹਨਾਂ ਨੂੰ ਡਾਲਰਾਂ ਨਾ ਕਰਜ਼ੇ ਨਾ ਇਸਲਾਮ ਨਾ ਕਰਜ਼ ਨਾ ਮਸਜਿਦ ਨਾ ਦਰਸ਼ਨਾ ਨਾ ਦੀਨ ਨਾ ਦੁਨੀਆ ਨਾ ਸਿਰਫ ਆਪਣਾ ਸੂਰ ਖਾਣ ਵਾਸਤੇ ਇਸਲਾਮ ਨੂੰ ਬਰਬਾਦ ਕਰਦੇ ਨੇ ਮਗਰ ਜਿਹੜਾ ਇਸਲਾਮ ਦੇ ਨਾਮ ਨੂੰ ਬਦਨਾਮ ਕਰਦਾ ਹੈ ਇੱਕ ਦਿਨ ਅੱਲਾ ਉਹਨੂੰ ਵੀ ਦੁਨੀਆ 'ਚ ਬਰਬਾਦ ਕਰਦਾ ਇਸਲਾਮ ਦਾ ਨਾਮ ਉੱਚਾ ਕਰਨ ਵਾਲੇ ਉੱਚੇ ਰਹਿਣਗੇ ਹੱਥ ਖੜੇ ਕਰਕੇ ਕਹੋ ਇਨਸ਼ਾਅੱਲਾ ਜਦੋਂ ਇਮਾਮ ਨਬੀ ਆਲਾ ਕਲਮਾ ਪੜ੍ਹਨ ਵਾਲੋ ਮੇਰਾ ਨਬੀ ਆਇਆ ਕਿ ਆਪ ਲੈ ਕੇ ਆਇਆ ਅੱਲਾ ਦਾ ਕਰਮ ਪਾਇਆ ਸਦਕੇ ਨਸੀਬਾਂ ਦੇ ਅੱਲਾ ਦਾ ਹਬੀਬ ਆਇਆ ਕੰਮ ਬਣ ਗਏ ਗਰੀਬਾਂ ਦੇ ਅੱਲਾ ਦੀ ਕਸਮੇ ਅੱਜ ਦੇ ਚੌਧਰੀ ਬੜੇ ਵਿਗੜੇ ਨਹੀਂ ਮੈਂ ਵੇਖਿਆ ਮਾਰੇ ਤੇ ਬਰਤਨ ਚ ਪਾਣੀ ਨਹੀਂ ਪੀਂਦੇ ਮਾਰੇ ਨੂੰ ਬਰਾਬਰ ਮੰਜੀ ਤੇ ਨਹੀਂ ਬਹਿਣ ਦਿੰਦੇ ਮਾਰੇ ਦਾ ਬਿਸਤਰਾ ਬਰਾਬਰ ਨਹੀਂ ਆਪਣੇ ਮੁਲਾਜ਼ਮ ਦਾ ਕਮਰਾ ਬਰਾਬਰ ਨਹੀਂ ਆਪਣੇ ਮੁਲਾਜ਼ਮ ਦੀ ਜੁੱਤੀ ਬਰਾਬਰ ਨਹੀਂ ਅੱਜ 2022 ਚ ਜਦੀਦ ਦੌਰ ਚ ਸੋਸ਼ਲ ਮੀਡੀਆ ਦੇ ਦੌਰ ਚ ਅੱਜ ਵੀ ਲੋਕ ਮੁਲਾਜ਼ਮ ਨੂੰ ਹਕੀਰ ਸਮਝਦੇ ਨੇ ਅੱਜ ਵੀ ਪਿੰਡਾਂ ਦੇ ਅੰਦਰ ਲੋਕ ਆਪਣੇ ਕਮੀਆਂ ਨੂੰ ਉਹਨਾਂ ਦੀ ਕਮੀ ਸਮਝਦੇ ਨੇ ਤੇ 10-1400 ਸਾਲ ਪਹਿਲੇ ਮੁਸਤਫਾ ਦੇ ਦੌਰ ਚ ਵਡੇਰਿਆਂ ਨੇ ਮਾਇਆ ਨਾਲ ਕਿਆ ਸਲੂਕ ਕੀਤਾ ਹੈਗਾ ਮੈਂ ਤੇ ਜੁਮਲਾ ਕਵਾਂਗਾ ਸੁਣੀਏ ਆਜ ਵੀ ਕਿਤਨੇ ਨੇ ਜਿਹੜੇ ਆਪਣੇ ਮੁਲਾਜ਼ਮ ਦਾ ਜੂਠਾ ਪੀਣ ਵਾਸਤੇ ਤਿਆਰ ਨਹੀਂ ਗਏ ਕਲਮੇ ਦਾ ਨਾਮ ਲੈਣਗੇ ਦਾਵਾ ਵੀ ਕਰਨਗੇ ਅਸੀਂ ਮੁਸਲਮਾਨ ਹਾਂ ਇਹਦਾ ਮਤਲਬ ਹੈ ਦੀਨ ਦੀ ਅੱਜ ਵੀ ਅਸ਼ਰ ਜ਼ਰੂਰਤ ਹੈ ਪਰ ਮੈਂ ਕਵਾਂਗਾ ਉਹ ਪਿੰਡਾਂ ਦੇ ਸ਼ਹਿਰਾਂ ਦੇ ਚੌਧਰੀ ਆਓ ਇਹਨਾਂ ਮਾਰਿਆਂ ਨਾਲ ਅਗਰ ਤੁਹਾਡਾ ਪਿਆਰ ਨਾ ਰਿਹਾ ਅਗਰ ਇਹਨਾਂ ਮਾਰਿਆਂ ਨਾਲ ਤੁਸਾਂ ਵਿਖਾੜ ਲਈ ਤੇ ਫਿਰ ਤੁਸੀਂ ਵੀ ਛੰਕਣਾ ਵਜਾ ਕੇ ਪੱਠੇ ਆ ਵੱਢ ਕੇ ਲਿਆਓ ਹਾਂਜੀ ਜੇ ਮਾਰੇ ਨਾ ਰਹੇ ਨਾ ਮਾਰਿਆਂ ਨਾਲ ਪਿਆਰ ਨਾ ਰਿਹਾ ਮਾਰੇ ਕੰਮ ਕਰਨਾ ਛੱਡ ਗਏ ਜੁੱਤੀ ਵੀ ਆਪ ਕੰਡੋਗੇ ਪੱਠੇ ਵੀ ਆਪ ਲਿਆਓਗੇ ਮੁੰਜੀ ਵੀ ਆਪ ਫੰਡੋਗੇ ਥ੍ਰੈਸ਼ਰ ਵੀ ਆਪ ਚਲਾਓਗੇ ਮੁੱਛਾਂ ਨੂੰ ਅੱਜ ਵੀ ਆਪ ਦੇ ਨਾ ਯਾਦ ਨਹੀਂ ਰਹੇਗਾ ਹੁੱਕਾ ਵੀ ਆਪ ਕਰੋਗੇ ਹਾਂਜੀ ਹੁਣ ਖਿਲੇ ਪੈ ਗਏ ਯੇ ਗਰੀਬੋਂ ਕੋ ਹਕੂਕ ਮੁਸਤਫਾ ਨੇ ਦੀਏ ਹੈ ਯੇ ਕੌਣ ਦੇਤਾ ਤਾ ਗਰੀਬ ਕੋ ਹਕੂਕ ਔਰ ਗਰੀਬ ਜਿੰਨੇ ਮਸਜਿਦ ਜਾਂਦੇ ਨੇ ਤੁਸੀਂ ਬੜੇ ਸਲੂਕ ਦੇ ਕਾਬਲ ਹੋ ਮੈਨੂੰ ਲੋਕੀ ਪੁੱਛਦੇ ਨੇ ਚੌਧਰੀ ਜ਼ਿਆਦਾ ਜਲਸੇ 'ਚ ਨਹੀਂ ਆਉਂਦੇ ਅਮੀਰ ਜ਼ਿਆਦਾ ਜਲਸੇ 'ਚ ਨਹੀਂ ਆਉਂਦੇ ਬੜੇ ਬੜੇ ਚੌਧਰੀ ਮਸਜਿਦ 'ਚ ਨਹੀਂ ਆਉਂਦੇ ਮੈਂ ਕਿਹਾ ਚੱਲਿਆ ਮਾੜੇ ਜ਼ਿਆਦਾ ਤਦ ਆਉਂਦੇ ਨੇ ਕਿਉਂਕਿ ਮਸਜਿਦ ਨੇ ਮਾਰਿਆਂ ਨੂੰ ਹਕੂਕ ਦਿੱਤੇ ਨੇ ਉਹਨਾਂ ਨੂੰ ਪਤਾ ਇੱਥੋਂ ਤੇ ਖੈਰ ਪਈ ਹੈ ਜੇ ਕਹਾਣੀ ਛੱਡਣਾ ਤੇ ਜਾਣਾ ਕਿੱਥੇ ਅੱਲਾ ਮਾਸ਼ਾ ਸਬਰਾ ਸਾ ਬੜੀ ਦੇਰ ਕਰਦੀ ਮਿਹਰਬਾਨ ਤੇ ਮੇਰਾ ਚਾਹਨੇ ਅੱਲਾ ਉਮਰ ਚ ਬਰਕਤ ਮੈਂ ਤਾਂ ਜਾਂਦਾ ਉਹਨੂੰ ਚੌਧਰੀ ਮੰਨਣਾ ਹੈ ਜਿਹੜਾ ਮਾੜੇ ਨਾ ਥਾਣੇ ਜਾਏ ਤੇ ਆਪਣੀ ਜੇਬ ਚੋਂ 500 ਲਾ ਕੇ ਉਹਦਾ ਕੰਮ ਕਰਾਏ ਉਹ ਚੌਧਰੀ ਕੇ ਕੰਮ ਦਾ ਨਹੀਂ ਜਿਹੜਾ ਮਾੜੇ ਕੋਲ 500 ਲੈ ਕੇ 250 ਆਪਣੀ ਜੇਬ ਚ ਪਾ ਦੇ 250 ਕੇ ਹਾਂਜੀ ਸਬਰਾ ਬੰਦਾ ਉਹ ਹੀ ਹੈ ਜਿਹੜਾ ਆਪਣੇ ਘਰੋਂ 10 ਮਣ ਦਾਣੇ ਕੱਢ ਕੇ ਤੇ ਮਾੜੇ ਦੇ ਭੜੋਲੇ 'ਚ ਪਾ ਕੇ ਆਖਿਆ ਲੈ ਦਵਾ ਦੇ ਸ਼ਰੀਰ ਤੇ ਪਹਿਲੇ ਚੌਧਰੀ ਇੰਝ ਕਰਦੇ ਸਨ ਪਹਿਲੇ ਮਾੜੇ ਦੀ ਧੀ ਵਿਆਉਂਦੇ ਸਨ ਰੋਟੀ ਆਪ ਸਾਰੀ ਪਕਾਉਂਦੇ ਸੀ ਕੋਲ ਦੇਰ 'ਤੇ ਖਿਲਾ ਕੇ ਵੰਡਦੇ ਸੀ ਕਿ ਜੰਜ ਭੁੱਖੀ ਨਾ ਜਾਏ ਇਹੋ ਹੀ ਲਾਸ਼ ਸੀ ਨਾ ਬੋਲੋ ਜਿਹਦੇ ਘਰ ਪਿੰਡ ਦੀ ਧੀ ਦਾ ਵਿਆਹ ਹੁੰਦਾ ਸੀ ਸਾਰਾ ਪਿੰਡ ਨੂੰ ਦੁੱਧ ਦੇਣ ਜਾਂਦਾ ਸੀ ਕੋਈ ਸੁੱਕੇ ਚੌਲ ਦੇਣ ਜਾਂਦਾ ਸੀ ਕਹਿੰਦਾ ਹੀ ਬਾਰ ਮੇਰਾ ਵੱਢ ਲਿਆ ਜਦੋਂ ਧੋਤੀਆਂ ਤੇ ਪੱਗਾਂ ਦਾ ਰਿਵਾਜ ਹੁੰਦਾ ਸੀ ਇਸਤਾਂ ਸਾਂਝੀਆਂ ਤੇ ਸਭ ਦਾ ਖਿਆਲ ਹੁੰਦਾ ਸੀ ਕਤਲ ਕਿਸੇ ਨੂੰ ਵੀ ਕਿਸੇ ਦਾ ਨਹੀਂ ਮਾਫ਼ ਹੁੰਦਾ ਸੀ ਤਗੜੇ ਮਰ ਜਾਏ ਖਾਣ ਪੈਰੀ ਹੈ ਜੀ ਹੋਰ ਤੁਹਾਨੂੰ ਕਰਦੇ ਆ ਜਦੋਂ ਧੋਤੀਆਂ ਤੇ ਪੱਗਾਂ ਦਾ ਰਿਵਾਜ ਹੁੰਦਾ ਸੀ ਇਸਤਾਂ ਸਾਂਝੀਆਂ ਤੇ ਸਭ ਦਾ ਖਿਆਲ ਹੁੰਦਾ ਸੀ ਕਤਲ ਕਿਸੇ ਨੂੰ ਵੀ ਕਿਸੇ ਦਾ ਨਹੀਂ ਮਾਫ਼ ਹੁੰਦਾ ਸੀ ਤਗੜੇ ਮਾੜੇ ਦੇ ਖੁੰਡਾ ਹੀ ਸਾਫ਼ ਹੁੰਦਾ ਸੀ ਉਦੋਂ ਲੱਖ ਭਾਵੇਂ ਕਾਫਰਾਂ ਦਾ ਰਾਜ ਹੁੰਦਾ ਸੀ ਜਦੋਂ ਜੱਜ ਵੀ ਜਮਾਨਾ ਤੇ ਸਰਾਜ ਹੁੰਦਾ ਸੀ ਉਦੋਂ ਇਸਤਾਂ ਸਾਂਝੀਆਂ ਸੀ ਕਿੱਧਰ ਗਿਆ ਦੌਰ ਪੁਰਾਣਾ ਤੇ ਪੈ ਗਿਆ ਕਿਹੜੀ ਰਾਹ ਸਾਰਾ ਟੱਬਰ ਪੀ ਲੈਣੇ ਸਫਾਈ ਅੰਦਰ ਦੀ ਚਾਹ ਤੇ ਹੁਣ ਮੋਟਰ ਸਾਜੇ ਤੇ ਬੰਦਾ ਦੂਸਰੀ ਵਾਰ ਚਾਚੇ ਘਰ ਪਾਣੀ ਭਰਨ ਜਾਇਆ ਨਾ ਚਾਚੀਆਂ ਵੇਖ ਕੇ ਲੱਗ ਗਈਆਂ ਇਹ ਸਾਡਾ ਵੀ ਹੁਣ ਪੰਪ ਸਾੜ ਕੇ ਸਾਹ ਲਿਆ ਚਾਚਾ ਭਾਵੇਂ ਨਾ ਬੋਲੇ ਚਾਚੀ ਵੀ ਹੁਣ ਬੋਲੇ ਹੁਣ ਬੋਲੋ ਤੇ ਸਹੀ ਹੈਂਜੀ ਹੈ ਹੁਣ ਜਿਹੜੀ ਕੌਮ ਦੂਜੀ ਵਾਰ ਆਪਣਿਆਂ ਨੂੰ ਪਾਣੀ ਨਾ ਭਰਨ ਦੇਵੇ ਉਹਨਾਂ ਵੱਲ ਵੇਖ ਕੇ ਕਿਸੇ ਕਰਦਾ ਕਲਮਾ ਪੜ ਕਲਮਾ ਤੇ ਉਹਨੇ ਪੜ੍ਹਨਾ ਹੈ ਜਿਹਨੇ ਕਰਦਾਰ ਵੇਖਣਾ ਹੈ ਇਹਦੇ 'ਚ ਤਾਂ ਵਾਕਿਆ ਖਿਲਾ ਕੇ ਮੁਸਤਫਾ ਹੈ ਇਹਦੇ 'ਚ ਤਾਂ ਵਾਕਿਆ ਹਜ਼ੂਰ ਵਾਲਾ ਰਵੱਈਆ ਹੈ ਇਹਦੇ 'ਚ ਤਾਂ ਵਾਕਿਆ ਸਿਲਾ ਰਹਿਮੀ ਹੈ
नबी दे यार कौन सी जिन्हें खुद पानी ने पीता अगले पिला उन्होंने पीता अगले पिला उन्होंने पीता अगले पिला उन्होंने पीता अगले पिला अगले ने क्या पहले पिला पहले तक आदि सारे अल्लाह प्यारे हो गए ये था उनका जज्बा इशार ਅਸੀਂ ਇੱਕ ਦੂਜੇ ਦੀ ਮਸਜਿਦ 'ਚ ਵੜਨ ਲਈ ਤਿਆਰ ਨਹੀਂ ਇੱਕ ਦੂਜੇ ਦਾ ਜਲਸਾ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਇੱਕ ਮੌਲਵੀ ਮੌਲਵੀ ਨੂੰ ਬਰਦਾਸ਼ਤ ਕਰਨ ਵਾਸਤੇ ਤਿਆਰ ਨਹੀਂ ਪਰ ਮੇਰਾ ਨਬੀ ਕੌਣ ਸੀ ਲੋਕੀ ਪੱਥਰ ਮਾਰਨ ਉਹ ਦਵਾ ਦੇਵੇ ਪੜ੍ਹੋ ਲੋਕੀ ਪੱਥਰ ਮਾਰਨ ਉਹ ਸਾਰਿਆਂ ਨਾਲ ਪੜ੍ਹਨਾ ਤਾਂ ਮੈਂ ਪੜ੍ਹਨਾ ਹੈ ਲੋਕੀ ਪੱਥਰ ਮਾਰਨ ਉਹ ਦਵਾ ਦੇਵੇ ਇੱਥੇ ਸ਼ਾਨਾ ਨਿਮਤ ਨੀ ਸਰਕਾਰ ਦੀਆਂ ਉਹ 75 ਵਾਲਿਓ मेरा चान आया मैं सियानन दिया है और चौक जो है डिस्पेंसरी बनाई ली चल दादा की नाम से अब्दुल शकूर भाई अरशद साहब आए ने साडे उस जामिया दे नबी छिया रोड दे दरस दे उस्ताद और तुसी जिन्ने बैठे जे सुनया जे इस मस्जिद दे इमाम ਹਾਰੀ ਨਜ਼ੀਰ ਸਾਹਿਬ ਅੱਲਾ ਮਰਚ ਬਰਕਤ ਫਰਮਾਏ ਭਾਈ ਸਾਜਨ ਬੜੀ ਕਿਸਮਤ ਵਾਲਾ ਹੈ ਲੋਕੀ ਬਾਹਰੋਂ ਪੈਸੇ ਕਮਾ ਕੇ ਲਿਆ ਕੇ ਤੇ ਕੁੱਕਰ ਡਾਉਣ ਤੇ ਲਾ ਦਿੰਦੇ ਨੇ ਅੱਲਾ ਜਾਣਦਾ ਇਹ ਪੈਸਾ ਮੌਲੀਆਂ ਨੂੰ ਦੇ ਰਹੇ ਮਾਸ਼ਾ ਰਿਆਲ ਦੇ ਤੂੰ ਐਵੇਂ ਪਾਕਿਸਤਾਨੀ ਜ਼ਹਾਜ਼ਰ ਕਰਾਈ ਉਹਨੇ ਹਾਂ ਮੇਰਾ ਚੰਦ ਨੇ ਅੱਲਾ ਮਰਚ ਬਰਕਤ ਪਾਇਆ ਸਾਰੇ ਕਹੋ ਆਮੀਨ ਯਾ ਜਿੰਨੇ ਬੈਠੇ ਹਜ਼ੂਰ ਦੇ ਚੌਕੀਦਾਰ ਉਹਦੇ ਕਈ ਬੰਦੇ ਇਹ ਵੀ ਹਿਸਾਬ ਲਾ ਕੇ ਬੈਠੇ ਨੇ ਮੌਲਵੀ ਨੂੰ ਕਿੰਨੇ ਹੋ ਗਏ ਚੱਲਿਆ ਸਾਡਾ ਸਾਫ ਨਾ ਲਾਇਆ ਕਰ ਸੰਤ ਦਾ ਬਰੋਸ ਦਿੰਦਾ ਹਾਂਜੀ ਸਾਫ ਲਾਇਆ ਕਰ ਅੱਲਾ ਦਾ ਜਿਹੜਾ ਬੇਟ ਸਾਫ ਤੋਂ ਦਿੰਦਾ ਹੈ ਭਾਈ ਬੇਟ ਸਾਫ ਤੋਂ ਕੌਣ ਦਿੰਦਾ ਹੈ ਜਿਹੜੇ ਵੇਲੇ ਅਰਜ਼ ਕਰਨਾ ਚਾਹ ਰਿਹਾ ਨਬੀ ਦਾ ਮਾਣਾ ਬਹਾਲ ਹੁੰਦਾ ਹੈ ਮੇਰਾ ਨਬੀ ਆਇਆ ਕੌਣ ਕਹਿੰਦਾ ਹੈ ਕਿ ਮੇਰੇ ਨਬੀ ਨੂੰ ਅਰਜ਼ ਕਰਨਾ ਚਾਹ ਰਿਹਾ ਹੈ ਆਪਣੇ ਜੈਸਾ ਮੰਨਦੇ ਨਾਮ ਆ ਮੁਸਲਮਾਨ ਨੂੰ ਕੌਣ ਕਹਿੰਦਾ ਨਬੀ ਦੇ ਦੋ ਹੱਥ ਮੇਰੇ ਦੋ ਹੱਥ ਉਹਦੀਆਂ ਦੋ ਅੱਖਾਂ ਮੇਰੀਆਂ ਦੋ ਅੱਖਾਂ ਉਹਨੂੰ ਖਰਦੀਰ ਮੰਨਣਾ ਹੈ ਜਿਹੜਾ ਅਕੀਦਾ ਰੱਖਦਾ ਵੇ ਔਰ ਜਿਹੜਾ ਇਲਜ਼ਾਮ ਲਾਵੇ ਉਹਨੂੰ ਖਰਦੀਰਾਂ ਦਾ ਪਿਓ ਮੰਨਣਾ ਹੈ ਮੈਂ ਜੁਮਲਾ ਬੜਾ ਕਹਿੰਦੇ ਕਵਾਂਗਾ ਮੇਰੇ ਨਬੀ ਕਰੀਮ ਦੇ ਹੱਥ ਕੈਸੇ ਨਹੀਂ ਆਪਣੇ ਹੱਥ ਵੇਖ ਲਈਏ ਤੇਰਾ ਮੇਰਾ ਹੱਥ ਬੜਾ ਵੇਲਾ ਬੰਦੇ ਨੂੰ ਲੱਗੇ ਉਹਨੂੰ ਕਰੋਨਾ ਹੋ ਜਾਂਦਾ ਹੈ ਆਦੇ ਸੈਨੇਟਾਈਜ਼ਰ ਕਰੋ ਵਕਫਾ ਰੱਖੋ ਬੰਦਿਆਂ ਦੇ ਕੋਲ ਨਾ ਪਵੋ ਛਿੱਕੀਆਂ ਚੜਾਓ ਕਿਤੇ ਕਰੋਨਾ ਨਾ ਫੈਲ ਜਾਵੇ ਹੱਥ ਨਾ ਲਾਇਆ ਜੇ ਕਰੋਨਾ ਨਾ ਫੈਲ ਜਾਏ ਤੇਰੇ ਹੱਥ ਦਾ ਇਸ਼ਾਰਾ ਤੇਰਾ ਪੁੱਤਰ ਨਹੀਂ ਮੰਨਦਾ ਤੇਰੇ ਹੱਥ ਦਾ ਇਸ਼ਾਰਾ ਅਰਜ਼ ਕਰਦਾ ਜ਼ਰਾ ਸੁਣਿਆ ਜੇ ਤੇਰਾ ਹੱਥ ਕਿਸੇ ਨੂੰ ਲੱਗੇ ਵਬਾ ਫੈਲਦੀ ਹੈ ਤੇਰਾ ਹੱਥ ਕਿਸੇ ਨੂੰ ਲੱਗੇ ਕਰੋਨਾ ਫੈਲਦਾ ਹੈ ਤੇਰਾ ਹੱਥ ਕਿਸੇ ਨੂੰ ਲੱਗੇ ਜਰਾ ਸੀਪ ਫੈਲਦੇ ਦਸਤਾਨੇ ਚੜਾਉਂਦੇ ਜੇ ਬਾਰ ਬਾਰ ਹੱਥੋਂ ਦੇ ਸੈਨੇਟਾਈਜ਼ਰ ਕਰਦੇ ਜੇ ਪਰ ਇੱਕ ਹੱਥ ਮੁਸਤਫਾ ਦਾ ਹੈ ਮਤੋਹਾ ਦੇ ਜਰੇ ਵਾਲੇ ਮਨਹਿਰ ਦੀਆਂ ਜ਼ੁਲਫਾਂ ਵਾਲੇ ਆਗਾ ਦੇ ਕਾਦਰ ਵਾਲੇ ਹਰ ਨਸ਼ਾ ਦੇ ਸੀਨੇ ਵਾਲੇ ਨਲੀਮਾਂ ਦੇ ਰਾਜ ਵਾਲੇ ਮੁਹੰਮਦ ਮੁਸਤਫਾ ਮੁਹੰਮਦ ਮੁਸਤਫਾ ਅਬੂ ਬਕਰ ਅਬੂ ਮਸ਼ਰਕਾਂ ਪਰ ਅਬੂ ਮਗਰਬਾਂ ਜਦੋਂ ਅਸਮੀ ਵਾਲੇ ਹੁਸੈਨ ਮੌਲਾਨਾ ਮੌਲਾ ਸਕਲੇ ਅਬੀ ਅਲ ਕਾਸਿਮ ਮੁਹੰਮਦ ਬਨ ਅਬਦੁੱਲਾ ਅਲੈ ਵਸੱਲਮ ਦੀ ਬਾਣੀ ਆਈ ਹੈ ਬੇਨੇ ਆਜ਼ਮੇ ਫਰਮਾਇਆ ਦੁਨੀਆ ਦੇ ਉੱਤੇ ਆਪਣੇ ਮਹਬੂਬ ਨੂੰ ਬੇਮਿਸਲ ਤੇ ਬੇਮਿਸਾਲ ਬਣਾਇਆ ਹੈ ਸਾਰੀ ਕਾਇਨਾਤ ਦਾ ਸਰਦਾਰ ਬਣਾਇਆ ਹੈ ਤੇਰੇ ਹੱਥ ਬੰਦੇ ਨੂੰ ਲੱਗਾ ਵਬਾ ਫੈਲਦੀ ਹੈ ਬਿਮਾਰੀ ਫੈਲਦੀ ਹੈ ਮਗਰ ਇੱਕ ਹੱਥ ਮੁਸਤਫਾ ਦਾ ਆਵੇ ਪੰਜਾਂ ਬੰਦਿਆਂ ਦੇ ਖਾਣੇ ਨੂੰ ਲੱਗੇ ਰੱਬ 1411 ਨੂੰ ਖਵਾ ਦਿੰਦਾ ਹੈ ਮੇਰਾ ਹੱਥ ਦੁਨੀਆ ਦੇ ਉੱਤੇ ਵਬਾ ਫੈਲਾਉਂਦਾ ਹੈ ਮੁਸਤਫਾ ਦਾ ਹੱਥ ਹੈ ਹਜ਼ਰਤ ਅਬੂ ਹੁਰੈਰਾ ਕਰੇ ਨੇ ਜੀ ਯਾ ਸੈਯਦੀ ਯਾ ਰਸੂਲ ਅੱਲਾਹ ਯਾ ਸੈਯਦੀ ਯਾ ਹਬੀਬ ਅੱਲਾਹ ਆਕਾ ਮੈਂ ਨਬੀਆ ਦਾ ਅਨਬੀ ਅਰਜ਼ ਕਰਨਾ ਚਾਹ ਰਿਹਾ ਵੀ ਮੇਰੇ ਨਬੀ ਨੇ ਫਰਮਾਇਆ ਬੇਟਾ ਪਰੇਸ਼ਾਨ ਹੋ ਸੁਣਿਆ ਸਹਾਬਾ ਪਰੇਸ਼ਾਨ ਨੇ ਖਾਣ ਵਾਸਤੇ ਕੁਝ ਨਹੀਂ 2100 ਬੰਦਾ ਹੈ ਤੇ ਮੇਰੇ ਕੋਲ ਕੁਝ ਨਹੀਂ ਉਹਦੇ ਕੋਲ ਕੁਝ ਨਹੀਂ ਸਰਕਾਰ ਨੂੰ ਵੀ ਭੁੱਖ ਲੱਗੀ ਮੇਰੇ ਨਬੀ ਨੇ ਫਰਮਾਇਆ ਹੈ
ਕਿਸੇ ਕੋਲ ਕੁਝ ਬੇਟਾ ਤਵਜੋ ਮੇਰੇ ਵੱਲ ਕਰਮਾ ਲਈ ਸਾਹਿਬ ਅਰਜ਼ ਕਰਦਾ ਪਿਆ ਵੇਂ ਇਮਾਮਨਮ ਵੀ ਆਦਾ ਕਲਮਾ ਪੜ੍ਹਨੇ ਵਾਲੋ ਮੇਰੇ ਮਦਨੀ ਕਰੀ ਮਾਕਾ ਨੂੰ ਮਾਨਣ ਵਾਲੋ ਮਾਂਦਾ ਆਪਦੇ ਕਾਜ ਵਾਲੇ ਨਬੀ ਦਾ ਕਲਮਾ ਅੱਜ ਮੈਂ ਇਸ ਪਿੰਡ ਚ ਦੱਸ ਜਾਵਾਂਗਾ ਇਹ ਕਹਿਣੇ ਕੇ ਬਾਤ ਪੁੱਛਾ ਕਰਨੇ ਕੇ ਬਾਤ ਪੁੱਛਾ ਹੈ ਮਤਲਬ ਜਾਮ ਲਗਾਇਆ ਕਰੋ ਮੁਸਲਮਾਨੋ ਇੱਕ ਦੂਸਰੇ ਪੈ ਗੈਰ ਮੁਸਲਮ ਕੋ ਦਾਵਤ ਦਿਆ ਕਰੋ ਇਸਲਾਮ ਕੀ ਗੈਰ ਮੁਸਲਮ ਕੋ ਇੱਕ ਤਾਰ ਪੇਸ਼ ਕਰਿਆ ਕਰੋ ਉੱਕਰ ਖੇਡ ਡਾਈ ਤੇ ਆਪਣੇ ਸਿਰ ਪਾਈ ਆਪ ਕੰਨੀ ਕਹਿ ਇਕੱਠੇ ਪੈ ਕੇ ਸੁੱਟਾ ਲਾ ਲੈਂਦੇ ਇਹ ਪੜੇ ਲਿਖੇ ਮੌਲਵੀ ਜਹਾਜ਼ਾਂ ਤੋਂ ਵੀ ਲੱਗੇ ਲੰਬੇ ਨੇ ਕਿ ਉਹਦੇ ਨਾਲ ਬਹਿ ਕੇ ਰਾਜੀ ਆਪ ਕੰਨੀ ਕਹਿ ਇਕੱਠੇ ਨਹੀਂ ਸੁੱਟਣ ਹੁੰਦੇ ਲੜਕੇ ਜਿਹਦੇ ਕੋ ਨਾ ਹੋਵੇ ਉਹਨੂੰ ਆਪ ਲਵਾ ਦੇ ਸੱਚੀ ਗੱਲ पागल होंगे नशई मैं कहना नशई पागल नहीं होते जो पागल हो तो कठे को बहन पागल तो मौलवी ने जो पिंड चे कठे बहनी हाँ जी मैं सीधी गल कर रहा इना मजमा बैठा मैं रोज दी अच कहना है कि सब तो उच्ची जात पिंड च मौलवी की होंगी है कि जिन्हें लोगों को दीन का राह दसना है मुहम्मद मुस्तफा का रस्ता दिखाना है ते चलिया जिथे हो एक कमरा उन सुझावे वेड़ा ते जिथे हो वेड़ा कमरा उन सुझावे बोलो ना जिथे सुझाउन वाले कमरा हो जाए उन कौन सुझाओ ਇੱਥੇ ਮਾਂ ਵੀ ਇੰਨੀ ਧੀ ਵੀ ਇੰਨੀ ਪੁੱਤ ਵੀ ਇੰਨਾ ਅੰਨਾ ਹੈ ਜਵਾਈ ਰੱਬ ਨੇ ਸਾਨੂੰ ਭਾਗ ਲਾਇਆ ਗੁਰ ਨੌ ਵੀ ਇੰਨੀ ਹੱਥ ਖੜੇ ਕਰਨੇ ਵਾਲਾ ਕਰੋ ਪਿੰਡ ਚ ਕਿਸੇ ਦਾ ਵੀ ਜਨਾਜ਼ਾ ਹੋਇਆ ਸੀ ਇਕੱਠੇ ਖੜਾ ਕਰਾ ਲਿਆ ਮਾਸ਼ਾ ਮੈਂ ਤੁਹਾਡਾ ਤਾਂ ਜਿਹੜਾ ਹੱਥ ਕਰਾਵਾਂ ਨਾ ਜਿਹੜੇ ਬੈਠੇ ਜੇ ਬਾਕੀਆਂ ਦੀ ਤਾਂ ਮੈਨੂੰ ਖ਼ਬਰ ਕੋਈ ਨਹੀਂ ਉਹ ਪਿੰਡ ਚ ਇਕੱਠੇ ਆ ਪਿੰਡਾਂ ਚ ਹੋਰ ਬੜੀ ਬਿਮਾਰੀ ਮੌਲੀ ਜਨਾਜ਼ੇ ਤੇ ਰੌਲਾ ਪਾ ਦਿੰਦੇ ਪੁੱਤਰ ਤਿਆਰ ਉਹਦੇ ਤਾਂ ਬਿਮਾਰੀ ਜਨਾਜ਼ੇ ਤਰੌਲਾ ਪਾ ਦੇਣਗੇ ਮੇਰਾ ਜਨਾਜ਼ਾ ਨਹੀਂ ਹੁੰਦਾ ਉਹਦੇ ਮਗਰ ਦੂਜਾ ਦਾ ਮੇਰਾ ਨਹੀਂ ਹੁੰਦਾ ਤੀਜਾ ਦਾ ਮੇਰਾ ਨਹੀਂ ਹੁੰਦਾ ਉਹ ਮੁਰਦੇ ਦਾ ਵਸ ਨਹੀਂ ਚੱਲਦਾ ਉੱਠ ਕੇ ਆ ਕੇ ਤੁਸੀਂ ਸਾਰੇ ਮਰੋ ਮੈਂ ਹੀ ਤੁਹਾਡਾ ਪੜ ਦੇਣਾ ਉਹ ਲੋਕੀ ਕਿੱਥੋਂ ਕਿੱਥੋਂ ਜਨਾਜ਼ਾ ਪੜ੍ਹਨ ਆਏ ਹੁੰਦੇ ਨੇ ਇਹ ਮੌਲਵੀ ਜਨਾਜ਼ੇ ਦਾ ਤਮਾਸ਼ਾ ਖੜਾ ਕਰਨ ਬੈਠੇ ਹੁੰਦੇ ਬੋਲੋ ਵੀ ਆਏ ਹੁੰਦੇ ਨੇ ਕੌਣੇ ਕਿ ਨਹੀਂ ਆਏ ਕੋਈ ਚਮੁੰਦਰੀਓ ਆਇਆ ਹੁੰਦਾ ਕੋਈ ਫੈਸਲਾਬਾਦ ਤੋਂ ਕੋਈ ਚਰਣਾ ਜਿਹੜਾ ਤਾਂਦਰੇ ਵਾਲੇ ਤੋਂ ਕੋਈ ਜਨਾਬ ਗਾੜੇ ਤੋਂ ਕੋਈ ਸਾਹੀਵਾਲ ਤੋਂ ਕੋਈ ਜਨਾਬ ਜਿਹੜਾ ਝੰਗ ਤੋਂ ਗੁਰਗੋਜਰੇ ਤੋਂ ਟੋਪੇ ਤੋਂ ਤੇ ਲੋਕੀ ਜਨਾਬ ਡਰਦਾ ਹੈ ਤੇ ਮਈਅਤ ਕਲੀ ਪਈ ਹੁੰਦੀ ਹੁਣ ਦੱਸੋ ਬਈ ਜਿੱਥੇ ਸਭ ਤੋਂ ਜ਼ਿਆਦਾ ਮੌਤ ਯਾਦ ਆਉਣੀ ਮੌਲਵੀ ਉੱਥੇ ਵੀ ਮੌਤ ਨਹੀਂ ਯਾਦ ਆਉਂਦੀ ਕਿਉਂਕਿ ਮੌਲਵੀਆਂ ਨੂੰ ਆਪਣੀ ਮੌਤ ਯਾਦ ਨਹੀਂ ਹੁੰਦੀ ਤੇ ਜਦੋਂ ਪੁਲਿਸ ਇਹਨਾਂ ਨੂੰ ਕਹਿੰਦੀ ਨਾ ਵੀ ਅਗਲਾ ਜੁਮਾ ਤੁਸੀਂ ਥਾਣੇ ਪੜ੍ਹਨਾ ਫਿਰ ਅੱਜ ਤੁਹਾਨੂੰ ਜ਼ਿਲ੍ਹਾ ਬਣਾਉਣਾ ਸਾਰੇ ਜ਼ਮਾਨੇ ਨੂੰ ਖੇਡਵਾ ਕੇ ਲੋਕਾਂ ਨੂੰ ਆਪਸ 'ਚ ਲੜਾ ਕੇ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਸਾਡੇ ਮੌਲਵੀਆਂ ਮਗਰ ਲਾ ਕੇ ਨਾ ਲੜਿਆ ਕਰੋ ਅਸੀਂ ਪੇਟੀ ਚੁੱਕ ਕੇ ਅਗਲੇ ਪਿੰਡ ਹੋਣਾ ਰਹਿਣਾ ਤੇ ਤੁਸੀਂ ਇਸ ਪਿੰਡ 'ਚ ਮੈਂ ਸਿੱਧੀ ਗੱਲ ਕਰਨਾ ਮੈਂ ਮੌਲਵੀ ਨਹੀਂ ਗਾ ਮੈਂ ਤਕਰੀਰ ਕਰਕੇ ਲਾਹੌਰ ਭੱਜ ਜਾਣਾ ਤੇ ਭੁਗਤ ਨਹੀਂ ਦੇ ਤੁਸੀਂ ਮੈਂ ਅੱਜ ਤੁਹਾਡੇ ਕੋਲ ਵਾਅਦਾ ਲੈਣਾ ਹੈ ਕਿ ਤੁਸੀਂ ਮੌਲਵੀਆਂ ਮਗਰ ਲਾ ਕੇ ਦੀਨ ਨਹੀਂ ਛੱਡ ਤੁਹਾਡੇ ਨਬੀ ਨੂੰ ਵੇਖ ਕੇ ਲੋਕੀ ਕਲਮਾ ਪੜ੍ਹਦੇ ਸੀ ਪੱਥਰ ਨਬੀ ਨੂੰ ਵੇਖ ਕੇ ਕਲਮਾ ਪੜ੍ਹਦੇ ਸੀ ਪੱਥਰ ਮੁਸਤਫਾ ਨੂੰ ਵੇਖ ਕੇ ਕਲਮਾ ਪੜ੍ਹਦੇ ਸੀ ਦਰਖਤ ਝੁੱਕੇ ਸਲਾਮ ਕਰਦੇ ਸੀ ਜਿੱਥੋਂ ਨਬੀ ਲੰਘੇ ਗੁਦਲੀ ਸਾਇਆ ਕਰਦੇ ਸੀ ਅੱਜ ਸਾਡਾ ਕਰਤਾਰ ਦੇਖ ਲੋ ਕੈਸਾ ਜਿਹੜੇ ਵਾਲੇ ਕਮਲੀ ਵਾਲੇ ਮਹਬੂਬ ਨੇ ਫਰਮਾਇਆ ਜੇ ਮੈਂ ਪਹਿਲੇ ਹੱਥ ਬੋਲ ਰਿਹਾ ਹਾਂ ਐ ਜੀ ਨਬੀ ਦੇ ਵੀ ਦੋ ਹੱਥ ਮੇਰੇ ਵੀ ਦੋ ਹੱਥ ਇਹ ਅਲਾਮ ਲਾਉਂਦੇ ਨੇ ਐ ਜੀ ਇਹ ਮੰਨਦੇ ਨੇ ਜਿਹੜਾ ਮੰਨਦਾ ਬੇਈਮਾਨ ਹੈ ਸਾਡਾ ਤੇ ਨਬੀ ਹੋਵੇ ਸੁਣਿਆ ਜੇ ਤੇਰੇ ਹੱਥ ਔਰ ਨਹੀਂ ਮੇਰੇ ਨਬੀ ਦੇ ਹੱਥ ਔਰ ਨਹੀਂ ਤੇਰੇ ਹੱਥ ਚ ਵਬਾਈ ਮੇਰੇ ਨਬੀ ਦੇ ਹੱਥ ਚ ਛਪਾਈ ਤੇਰੇ ਹੱਥ ਚ ਬੇਬਰਕਤੀ ਹੈ ਮੁਸਤਫਾ ਦੇ ਹੱਥ ਚ ਬਰਕਤ ਹੈ ਤੇਰੇ ਅੰਦਰ ਬੇਬਰਕਤੀ ਹੈ ਮੁਸਤਫਾ ਦੇ ਦਿਲ ਚ ਬਰਕਤ ਹੈ ਮੁਸਤਫਾ ਦੇ ਜਿਸਮਾਂ ਚ ਬਰਕਤ ਹੈ ਹਜ਼ੂਰ ਮੁਜੱਸਮਾ ਬਰਕਾਤ ਬਣ ਕੇ ਆਏ ਨੇ ਜਰਾ ਨੰਬਰ ਸੁਣਿਆ ਜੇ ਮੇਰੇ ਨਬੀ ਨੇ ਫਰਮਾਇਆ ਬੇਟਾ ਬੁਰਾ ਲਾਓ ਕੋਈ ਖਾਣ ਲਈ ਆਏ ਸੋਹਣਿਆ ਕਿੱਕੀ ਖਜੂਰਾ ਨੇ ਮੇਰੇ ਨਬੀ ਨੇ ਫਰਮਾਇਆ ਲਿਆਓ ਆਪਣੇ ਇੱਕ ਝੋਲਾ ਫੜਿਆ ਉਹਦੇ ਵਿੱਚ ਲੋੜ ਦੀ ਰੱਖੀਆਂ ਸਾਹਮਣੇ ਫਰਮਾਇਆ ਦਸਾਂ ਦਸਾਂ ਨੂੰ ਬੁਲਾਈ ਜਾਓ ਤੇ ਸਾਰਿਆਂ ਨੂੰ ਖਵਾਈ ਜਾਓ ਇੱਕੀ ਖਜੂਰਾ ਨੇ ਖਾਣ ਵਾਲਾ ਇੱਕੀ ਸੌ ਹੁੰਦਾ ਹੈ ਪਰ ਖਜੂਰਾ ਨਹੀਂ ਮੁੱਕੀਆਂ ਸਾਰੇ ਰੱਜ ਗਏ ਥੋੜ੍ਹੀ ਜਿਹੀ ਨੂੰ ਕਹੋ ਨਾ ਆਵਾਜ਼ ਸੈੱਟ ਕਰ ਦੇ ਬਸ
समझ नहीं आ रही, सुन लिया कहने बात समझ नहीं आ रही। अपने वर्गा मानदाया कर मेरे नबी का हाथ कि लगे सुनिया जे सियापा दे सोने पानी कोई नी इंज करके मुस्तफा ने जग पानी का मंगाया मुस्तफा ने इंज करके जग पानी का मंगाया ते मेरे नबी ने इंज करके हाथ डाले ते मेरे हथा चो ते सिर्फ कतरे डुले ने जेडे मैं इथों लै ने पर मुस्तफा ने जो जग दे विच इंज करके हाथ उठाया मूसा नबी अस्सा मारे रब बारा चश्मे जारी करता है मगर जो तेरे हबीब की बारी आई है मुसलमाना दे नबी की बारी आई है अमली वाले की बारी आई है बतू आदे मुकड़े वाले की बारी आई सरकार ने इंज करके हाथ पाया है पिछो कतरे नहीं निकले पंज पानी के चश्मे जारी हो गए। बड़ी मोहब्बत वाले यार मेरा भाई अफसर अतीक साहब साढ़े अमीर भी ने भोजना भी इतने समुद्री बच्च नाजम भी ने अल्लाह उमर च बरकत फरमाई फिर कि मोहब्बत का नारा मारिया जोर मैं खुश हो गया जिन्हें यार का नारा मारिया रहमान कि खुश होया है जिहड़ी गल कौड़ी होनी है मैं मिठे जे अंदाज च तुहानू समझा के नसाउणा वी नहीं प्यार नाल समझाउणी है गोडे छड़ के बोलोगे
सच्ची गल कर कई बार तुम ओपरा बंदा डर के लागे आ जाए ना चकदम डर भज जाता है फिर बाल्टी उन्नी लत मार देता चोया भी उड़ जाता है थोड़ी एक चला ना सौंडा लिया इसका मजा नहीं आ गया चलाएगा तो मेरी पता करना चाह रहा मुसलमानों मेरे नबी करीम नु मानने वालो मैं दसन दिया मैं तेरे हाथ होर ने ते मुस्तफा दे हाथ होर ने आम इंसान दे हाथ चलिया नबी नाल जोड़े कुछ सोच निस्बत कर लगे सोच जिड्डा बंदा वड्डा होवे ओदा जोड़ भी वड्डे ना पवाईदा है ते किधर जोड़ पवाया जिदा सानी कोई नहीं बोलो जिदा सानी जिस नबी का जोर ही कोई नहीं तू निस्बत करावे तोहीन है चलिया सोच जोर पिंड नंबर दान झोले मुकाबले जुतियां कड़न वाला खड़ोजे तो नंबरदार ने आप ही तनाई वरत के आखना मैं इलेक्शन लड़ने ही भाई तू खड़ो जा जोर बराबर ना हो अज के जड़े चौधरी ने ना उन्होंने पता वे जड़े बंदे से ना वो अपना मुकाबल भी वेलते वे पिंड बंद जो चौधरी टैर के ना होंगे मारे बदला लड़ते थाने भी नहीं जाते कहला की आखेगा जोर तो बराबर का लिया ये गल् सियाणिया से उदों पहले ही गए पिंड का नंबरदार लंघिया जाता है किसी मसली ने गाल कर दी तो चुप करके लंघ गया जो नाल से ना चौधरी का कमी उन्होंने जाकर घर आता चौधरी अरे गल नहीं बनी उन्हें तेन गाल कटी है तू जवाब नहीं दिता कहते उन्हें गाल की कोई नहीं थी उन्हें मगर कुछ बोलता पाया जहालत है दो हथ मेरे भी दो हथ चलिया सुन अर्श ते अल्लाह दा शरीर कोई फरिश्ते मेरे मुहम्मद दा शरीर अपना हाथ लाया पिछे कर लिया सदीप बकरी चौल आओ दुद्ध चौल आओ तरीक ने लेके आई एक दिन नहीं बनाई दो दिन नहीं तीन नहीं चार नहीं पांच नहीं छे नहीं सात नहीं आठ नहीं नौ नहीं दस नहीं साल दो तीन चार पांच छे सात आठ नौ दस ग्यारह बारह तेरह चौदह पंद्रह सोलह सतारह अठारह लोगों तेरिया मझा टीके भी कई नहीं मिलदिया जे मिलन भी तेरा प्यारा को किलो दो किलो देंदिया हड्डिया खोल के टीका दुद्ध लै आता है पर मेरे नबी का हाथ लग जाए ना बकरी गबन सी ना बकरी जनाब आला ना जी नवे दुद्ध सी ना बकरी दुद्ध देन जोगी ना खान जोगी ना चरण जोगी सिर्फ लागत जे बकरी कुली च बची है जिमें तेरा खोता घोड़ा जनाब आला लंगड़ा आ जाए तू बारा कर देना सड़क के उत्ते आना किसी काम का नहीं उन्हें भाबिया ने अपनी बकरी घर च रखे फिर तुरन जोगी नहीं दुनिया को खराब करेगी पर जिते मुस्तफा का जिस्म आया सरकार ने हाथ लाया बकरी 18 साल तक दुध देती रही साडे वर्गा हुंदा ते कहंदा माई गड़बीर होई साडे आ भी भेजदी पहलियां माइयां चंगियां ही पिंडां दियां साडे को पेड़ा कराउण आउणा ते आखदा मौलवी जी पेड़ा कर दो मझ नहीं मिलदी अरे साहब असां पेड़ा करके देणा ते मझ मिल जानी ते माइयां नसली हुंदियां सी उहनां भी गड़बी दुध मौलवी दे घर दे जाण अज उहदा टीका उतरा निकलिया मौलवियां दा बेड़ा बन जांदा कितने बैठे हजूर हाथ का कोई मुकाबला कर सकता नहीं कर सकता हजूर बेमिसाल है मैं जुमला इतने कहा मेरा मुहब्बत नहीं अर्ज करना चाह रहा मुसलमानों मेरा हाथ इशारा करे पुत्र नहीं मानता मेरा हाथ इशारा करे मौलवी नहीं मानता मेरा हाथ इशारा करे गली नहीं मानती मेरा हाथ इशारा करे नानी दरानी जठानी नहीं मानती मैं कई बंदे अपनी कुड़ी नु इशारा कर दे कुड़ी इशारा नहीं मानती बल्कि उल्टा कई बंदे कुड़ी दे इशारे ते चलते हुण कई ढिले पै गए मौलवी नु किवें पता
मैं तानू वेख्या मैं पता मैं मुल्क च रहना वही अंदाजा अंदाजा सुनिया जे ध्यान मैं पता निशानी की है मैं कह जिन्हों की जज लेट हो समझ बुढ़ी दे ਵਿਆਹ ਵਾਲੇ ਦਿਨ ਛੱਪੜ ਵਿੱਚੋਂ ਮੱਝ ਕੱਢਣੀ ਔਖੀ ਹੈ, ਗੱਡੀ ਵਿੱਚੋਂ ਮੱਖੀ ਕੱਢਣੀ ਔਖੀ ਹੈ, ਸਪੀਕਰ ਕੋ ਮੌਲਵੀ ਲਾਉਣਾ ਔਖਾ ਹੈ, ਬੋਲੋ ਤੇ ਵਿਆਹ ਵਾਲੇ ਦਿਨ ਬਿਊਟੀ ਪਾਰਲਰ ਚ ਕੁੜੀਆਂ ਕੱਢਣੀਆਂ ਔਖੀ ਸਹੀ ਕਈਆਂ ਲੇਟ ਕਰ ਦਿੰਦੀਆਂ ਵੀ ਤਿਆਰ ਨਹੀਂ ਨੀ ਪਹਿਨਾ ਆਪਣੇ ਬੰਦਿਆਂ ਲਈ ਤਿਆਰ ਹੋਵੇ ਤੇ ਇਬਾਦਤ ਦੀ ਤੇ ਵਿਆਹ ਤੇ ਬਗਾਨਿਆਂ ਲਈ ਤਿਆਰ ਹੋ ਕੇ ਜਾਵੇ ਤੇ ਨੀ ਸ਼ਰਾਰਤ ਦੀ ਸ਼ਰੀਅਤ ਨੇ ਕਿਹਾ ਚਾਰ ਦੁਆਰੀ ਚ ਤਿਆਰ ਹੋ ਜਦੋਂ ਆਪਣੇ ਕੰਮ ਲਈ ਸੋਹਣਾ ਬਣ ਕੇ ਰਵੇਂਗੀ ਤੇ ਤੇਰਾ ਸੋਹਣਾ ਬਣ ਕੇ ਰਹਿਣਾ ਇਬਾਦਤ ਬਣ ਜਾਏ ਜੇ ਬਾਹਰ ਤਿਆਰ ਹੋ ਕੇ ਜਾਏਗੀ ਤੇ ਜ਼ਹਿਮਤ ਬਣ ਜਾਏਗੀ ਅਗਲੇ ਦੇ ਇਮਾਨ ਵਾਸਤੇ ਵੀ ਤੇ ਆਪਣੇ ਵਾਸਤੇ ਸ਼ਰੀਅਤ ਨੇ ਕਿਹਾ ਜਿਹੜੀ ਔਰਤ ਖੁਸ਼ਬੂ ਲਗਾ ਕੇ ਬਾਹਰ ਜਾਏ ਉਹਨੂੰ ਜ਼ਨਾਹ ਦਾ ਨਬਿਆ ਦਾ ਗੁਨਾਹ ਮਿਲਦਾ ਹੈ ਇੱਥੇ ਕਿਤਨੇ ਲੋਕ ਨੇ ਜਿਹੜੇ ਵਿਆਹਾਂ ਸ਼ਾਦੀਆਂ ਮੇਊ ਬਰਾਦਰੀ ਬੜੀ ਉੱਚੀ ਬਰਾਦਰੀ ਹੈ ਪਾਕਿਸਤਾਨ 'ਚ ਉਹ ਮੇਊ ਬਰਾਦਰੀ ਰਾਜਪੂਤ ਜਿਹੜੇ ਮੇਊ ਨੇ ਨਾ ਮੇਊ ਸਮਝੇ ਅਰੇ ਬੜੀ ਹੀਣ ਆ ਜਾਓ ਇਤਨੂੰ ਆ ਜਾਓ ਨੋਨੂੰ ਆ ਜਾਓ ਹੰਬੇ ਬੋਲੋ ਵਿਵਾਦੀ ਬੋਲਦੇ ਨੇ ਉਹ ਕਿਸੇ ਬੀਬੀ ਨੂੰ ਜੰਜ ਨਾਲ ਨਹੀਂ ਖਾਂਦੇ ਉਹ ਔਰਤਾਂ ਨੂੰ ਜੰਜ ਨਾਲ ਤੁਸੀਂ ਲੈ ਜੇ ਅੱਜ ਮਰ ਜੇ ਅੱਜ ਬੋਲੋ ਤੁਸੀਂ ਸਾਨੂੰ ਕਦੋਂ ਨਾ ਤੁਸੀਂ ਨਾ ਖੜੋ ਮੈਂ ਜਿਹਦੀ ਸਿਫਤ ਮੈਂ ਉਹ ਬਿਆਨ ਕੀਤੀ ਬੋਲੋ ਬਈ ਜਿੰਨਾ ਮਜਮਾ ਬੈਠਾ ਹੈ ਮੈਂ ਕੱਲ੍ਹ ਮੂੰਹ ਤੇ ਕਰਨਾ ਨਾ ਮੈਨੂੰ ਡਾਲ ਨਹੀਂ ਕਿਸੇ ਦਾ ਹੁੰਦਾ ਸੱਚ ਗੱਗੂ ਬਾਬੇ ਬੁੱਲੇ ਸ਼ਾਹ ਲਿਖਿਆ ਸੱਚ ਆਖਿਆ ਭਾਂਬੜ ਮੱਚਦਾ ਤੇ ਝੂਠਾ ਖਾਂ ਕੁਝ ਨਹੀਂ ਪਾਇਆ ਸੱਚ ਕਹੀਏ ਲੋਕਾਂ ਨੂੰ ਅੱਗ ਲੱਗਦਾ ਸੱਚ ਕਹੀਏ ਨਾ ਲੋਕਾਂ ਨੂੰ ਕੌੜਾ ਲੱਗਦਾ ਹੈ ਹਰ ਕੁਰਾਨ ਬੜਾ ਸਾ ਲੱਗਦਾ ਕੁਰਾਨ ਦਾ ਯਾਰ ਸਯੂਮ ਅਲਜ਼ੀਨ ਆਮਨ ਤਕੁਲਾ ਵਕੂਲੂ ਕੌਣਨ ਸਦੀ ਨਬੀ ਹੋਵੇ ਅੱਲਾ ਜਾਣਦਾ ਹਜ਼ੂਰ ਦਾ ਇਸ਼ਾਰਾ ਹੋਵੇ ਚੰਦ ਵਾਲੋ